ਦੂੰਗਾ ਮੈਂ ਤੇ ਉਹ ਪੇਪਰ ਵਰਕ ਗਿੱਲਾ ਹੋ ਰਿਹਾ ਉਹ ਤੁਸੀਂ ਦੇਖ ਰਹੇ ਨਾ ਚਿੱਟਾ ਚਿੱਟਾ ਜਿਹਾ ਅੱਜ ਟਿਮ ਹੋਟਲ ਦੇ ਵਿੱਚ ਕਾਫੀ ਹੈ ਨਹੀਂ ਮੈਨੂੰ ਅਜੇ ਵੀ ਆ ਵੇ ਵੇਖ ਕੇ ਆਉਂਦਾ ਕਿ ਜਿੱਦਾਂ ਨਾ ਵਿੰਡੋ ਏਸੀ ਨਹੀਂ ਹੁੰਦੇ ਕਈ ਕੰਪਨੀਆਂ ਥੱਲੇ ਪਲੇਟਾਂ ਰੱਖ ਦਿੰਦੀਆਂ ਇਹਦੇ ਬਾਕੀ ਇਸ ਟਰੱਕ ਦੇ ਵਿੱਚ ਨਾ ਅੰਦਰ ਵੀ ਕੈਮਰਾ ਲੱਗਾ ਸੀ ਤੇ ਬਾਹਰ ਵੀ ਕੈਮਰਾ ਲੱਗਾ ਪਲੀਜ਼ ਸਬਸਕ੍ਰਾਈਬ ਸਕਰਬਾਈ ਪਲੀਜ਼ ਸਕਰਪਰਾ ਹਾਂਜੀ ਵੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਚਾਲ ਤੁਹਾਡੇ ਸਾਰਿਆਂ ਦੇ ਉਮੀਦ ਕਰਦਾ ਕਿ ਸਾਰੇ ਜਣੇ ਠੀਕ ਠਾਕ ਹੋਵੋਗੇ ਜਿਨ੍ਹਾਂ ਨੇ ਲਾਸਟ ਵਲੌਗ ਦੀ ਐਂਡਿੰਗ ਦੇਖੀ ਹੋਊਗੀ ਉਹਨਾਂ ਨੂੰ ਪਤਾ ਚੱਲ ਗਿਆ ਹੋਊਗਾ ਕਿ ਆਪਾਂ ਇੱਕ ਟ੍ਰੇਲਰ ਡਰੌਪ ਕਰਨਾ ਸੀਗਾ ਤੇ ਇੱਕ ਪਿੱਕ ਕਰਨਾ ਸੀਗਾ ਤੇ ਹੁਣ ਸਵੇਰੇ ਮੈਂ ਡਿਲੀਵਰੀ ਕਰਤੀ ਸੀ ਜਿਹੜੇ ਮੇਰੇ ਟ੍ਰੇਲਰ ਦੇ ਵਿੱਚ ਲੋਡ ਸੀ ਤੇ ਉਸ ਤੋਂ ਬਾਅਦ ਹੁਣ ਮੈਂ ਆਇਆ ਆਪਣਾ ਟ੍ਰੇਲਰ ਡਰੌਪ ਕਰਨ ਮਾਊਂਟਨ ਨਿਊ ਬ੍ਰੰਸਵਿਕ ਇੱਥੇ ਟ੍ਰੇਲਰ ਡਰੌਪ ਕਰਕੇ ਤੇ ਆਈ ਥਿੰਕ ਜਿੱਥੋਂ ਤੱਕ ਮੈਨੂੰ ਲੱਗਦਾ ਇੱਥੋਂ ਹੀ ਦੂਜਾ ਟ੍ਰੇਲਰ ਪਿੱਕ ਕਰਕੇ ਮੈਂ ਲੈ ਕੇ ਜਾਊਂਗਾ ਬਾਕੀ ਪਤਾ ਨਹੀਂ ਉਹ ਲੋਡਡ ਹੋਊਗਾ ਜਾਂ ਖਾਲੀ ਹੋਊਗਾ ਹਲੇ ਕੋਈ ਆਈਡੀਆ ਨਹੀਂ ਉਸ ਚੀਜ਼ ਦਾ ਤੇ ਬਾਕੀ ਮੈਂ ਇੱਥੇ ਆਹ ਕਾਰਗੋ ਗਰੁੱਪ ਵਾਲਿਆਂ ਦਾ ਜਿਹੜਾ ਯਾਰਡ ਆੜਾ ਟ੍ਰੇਲਰ ਲੱਗਾ ਇਹਦੇ ਨਾਲ ਹੀ ਆਪਾਂ ਆਹ ਟ੍ਰੇਲਰ ਡਰੌਪ ਕਰਦੇ ਹਾਂ ਤੇ ਇਹਨੂੰ ਕਰਾਂਗੇ ਆਪਾਂ ਥੋੜ੍ਹੇ ਜਿਹੇ ਸੁੱਕੀ ਜਗ੍ਹਾ ਦੇ ਕਿਉਂਕਿ ਮੀਂਹ ਪਿਆ ਬਹੁਤ ਜ਼ਿਆਦਾ ਤੇ ਚਿੱਕੜ ਆ ਤੇ ਜਿਹੜਾ ਇਹਦਾ ਲੈਂਡਿੰਗ ਗੇਅਰ ਆ ਉਹ ਜਿਹੜਾ ਖੁੱਭ ਜਾਂਦਾ ਥੱਲੇ ਸੋ ਉਹਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਆਪਾਂ ਇਹਨੂੰ ਡਰੌਪ ਕਰਾਂਗੇ ਤੇ ਵੀਡੀਓ ਆਪਾਂ ਅੱਗੇ ਵਧਾਉਣ ਤੋਂ ਪਹਿਲਾਂ ਮੈਂ ਤੁਹਾਨੂੰ ਸਾਰਿਆਂ ਨੂੰ ਦੱਸ ਦੇਣਾ ਚਾਹਾਂਗੀ ਆਪਣਾ ਜਿਹੜਾ ਇੰਸਟਾਗ੍ਰਾਮ ਆਪਣਾ ਅਕਾਊਂਟ ਆ ਉਹਨੂੰ ਫੋਲੋ ਕਰ ਲਓ ਸਾਰੇ ਜਣੇ ਜਾ ਕੇ ਇੱਥੇ ਮੈਂ ਮੈਂਸ਼ਨ ਕਰ ਦੇਣਾ ਥੱਲੇ ਆਈਡੀ ਆ ਰਹੀ ਹੈ ਮੇਰੀ ਇਹ ਆਈਡੀ ਸਰਚ ਕਰੋਗੇ ਇੰਸਟਾਗ੍ਰਾਮ ਤੇ ਜਾ ਕੇ ਤਾਂ ਇਹਨੂੰ ਫੋਲੋ ਕਰ ਲਓ ਤੇ ਉੱਥੇ ਕੋਈ ਵੀ ਮੈਸੇਜ ਕਰਕੇ ਤੁਸੀਂ ਕਿਸੇ ਵੀ ਮਤਲਬ ਕਿ ਟਰੈਕਿੰਗ ਦੇ ਨਾਲ ਰਿਲੇਟਡ ਕੋਈ ਵੀ ਇਨਫੋਰਮੇਸ਼ਨ ਜੇ ਤੁਹਾਨੂੰ ਚਾਹੀਦੀ ਹੋਈ ਤਾਂ ਤੁਸੀਂ ਮੈਸੇਜ ਕਰ ਸਕਦੇ ਹੋ ਤੇ ਮੈਂ ਆਪਣੀ ਪੂਰੀ ਟਰਾਈ ਕਰੂੰਗਾ ਕਿ ਆਪਣੇ ਨਾਲ ਬੈਸਟ ਕਰਨ ਦੀ ਕਿ ਹਾਂ ਵੀ ਇਨਫੋਰਮੇਸ਼ਨ ਤੁਹਾਨੂੰ ਬੈਸਟ ਇਨਫੋਰਮੇਸ਼ਨ ਪ੍ਰੋਵਾਈਡ ਕਰਾਂ ਤੇ ਚਲੋ ਆਜੋ ਆਪਾਂ ਇਹਨੂੰ ਡਰੌਪ ਕਰਦੇ ਹਾਂ ਟ੍ਰੇਲਰ ਨੂੰ ਫਿਰ ਦੇਖਦੇ ਹਾਂ ਕਿਹੜਾ ਟ੍ਰੇਲਰ ਹੁੱਕ ਕਰਨਾ ਆਪਾਂ ਜਦੋਂ ਮੀਂਹ ਮੂੰਹ ਆਵੇ ਨਾ ਆ ਲੈਂਡਿੰਗ ਗੇਅਰ ਥੱਲੇ ਖੁੱਭ ਜਾਂਦਾ ਜੇ ਟ੍ਰੇਲਰ ਲੋਡਡ ਹੋਵੇ ਪੂਰਾ ਫਿਰ ਇਹ ਥੱਲੇ ਇੱਕ ਕਈ ਕੰਪਨੀਆਂ ਨੇ ਨਾ ਪਲੇਟਾਂ ਲਾਈਆਂ ਹੁੰਦੀਆਂ ਕਈ ਕੰਪਨੀਆਂ ਥੱਲੇ ਪਲੇਟਾਂ ਰੱਖ ਦਿੰਦੀਆਂ ਇਹਦੇ ਕਿ ਹਾਂ ਵੀ ਖੁੱਭੇ ਨਾ ਹੈ ਨਾ ਅਤੇ ਕਈਆਂ ਨੇ ਦੇਸੀ ਜਗਾੜ ਲਾਏ ਹੁੰਦੇ ਆ ਜਿੱਦਾਂ ਲੱਕੜ ਨਹੀਂ ਪਈ ਥੱਲੇ ਇੱਦਾਂ ਦੇ ਲੱਕੜਾਂ ਲੁੱਕੜਾਂ ਹੈ ਨਾ ਜਿੱਦਾਂ ਇੱਦਾਂ ਦੇ ਦੋ ਪੀਸ ਆ ਇੱਕ ਇੱਧਰਲੇ ਥੱਲੇ ਰੱਖਤਾ ਇੱਕ ਉੱਧਰਲੇ ਹੈ ਨਾ ਅਤੇ ਇੱਦਾਂ ਕਰਦੀਆਂ ਕਈ ਤੋਂ ਆਪਾਂ ਆਹ ਪਿੰਨ ਖਿੱਚਦੀ ਆ ਹੈ ਨਾ ਬਾਹਰ ਨੂੰ ਜਦੋਂ ਆਪਾਂ ਇਹਨੂੰ ਪਿੰਨ ਨੂੰ ਬਾਹਰ ਖਿੱਚਦੇ ਹਾਂ ਅਤੇ ਆਹ ਜਿਹੜਾ ਫਿਫਥ ਵੀਲ ਜਿਹੜਾ ਵਾ ਅਨਲੋਕ ਹੋ ਜਾਂਦਾ ਹੈ ਨਾ ਕਿੰਗ ਪਿੰਨ ਦੇ ਨਾਲੋਂ ਹੈ ਨਾ ਕਿੰਗ ਪਿੰਨ ਅਨਲੋਕ ਹੋ ਜਾਂਦੀ ਆ ਅਤੇ ਫਿਰ ਆਪਾਂ ਉਸ ਤੋਂ ਬਾਅਦ ਆਹ ਲਾਈਨਾਂ ਲਾਉਣੀਆਂ ਹੁੰਦੀਆਂ ਫਿਰ ਆਹ ਲਾਈਨਾਂ ਲਾਉਣੀਆਂ ਵੀ ਜ਼ਰੂਰੀ ਆ ਜੇ ਆਪਾਂ ਉਹਨੂੰ ਸੁੱਟ ਕੇ ਥੱਲੇ ਅਤੇ ਆਹ ਕਿੰਗ ਪਿੰਨ ਖਿੱਚ ਆੜੀ ਆਹ ਪਿੰਨ ਖਿੱਚ ਕੇ ਪਿੰਨ ਨੂੰ ਆ ਅਤੇ ਫਿਰ ਆਪਾਂ ਇਹਨੂੰ ਸਿੱਧਾ ਪੁੱਲ ਕਰ ਦਾਂਗੇ ਤਾਰਾਂ ਲੱਗੀਆਂ ਰਹਿ ਗਈਆਂ ਸਾਰੀਆਂ ਪੁੱਟੀਆਂ ਜਾਣੀਆਂ ਉਹ ਵੀ ਪੁੱਟਣ ਦਾ ਡਰ ਵਾ ਅਤੇ ਉਹ ਵੀ ਥੱਲਿਓਂ ਸਾਰਾ ਕੁਝ ਸਾਰਾ ਪੁੱਟਿਆ ਜਾਣਾ ਹੁਣ ਆਪਾਂ ਇਹਨੂੰ ਅਨਹੁੱਕ ਕਰ ਲੈਣਾ ਵਾ ਅਤੇ ਫਿਰ ਦੇਖਦੇ ਹਾਂ ਨਾਲੇ ਫੋਟੋਆਂ ਖਿੱਚ ਕੇ ਭੇਜਣੀਆਂ ਕੰਪਨੀ ਨੂੰ ਜਿੱਦਾਂ ਕਿ ਮੈਂ ਪਿਛਲੇ ਵਲੌਗ 'ਚ ਕਿਹਾ ਸੀ ਕਿ ਜਦੋਂ ਆਪਾਂ ਕਿਸੇ ਕੰਪਨੀ ਦਾ ਟ੍ਰੇਲਰ ਹੁੱਕ ਜਾਂ ਡਰੌਪ ਕਰਦੇ ਹਾਂ ਤਾਂ ਫੋਟੋਆਂ ਖਿੱਚਣੀਆਂ ਜ਼ਰੂਰੀ ਆ ਹੁੱਕ ਕਰਨ ਤੋਂ ਪਹਿਲਾਂ ਡਰੌਪ ਕਰਕੇ ਬਾਅਦ ਹੈ ਨਾ ਕਿਉਂਕਿ ਜਦੋਂ ਕੋਈ ਨੁਕਸਾਨ ਆਪਣੇ ਤੋਂ ਬਾਅਦ ਕਰਕੇ ਹੈ ਨਾ ਕੋਈ ਇਹਦਾ ਆਪਣੇ ਕੋਈ ਨੁਕਸਾਨ ਨਹੀਂ ਹੋਇਆ ਸਹੀ ਆ ਹੈ ਨਾ ਜਿੱਦਾਂ ਅਤੇ ਪਰ ਬਾਅਦ ਕਿਸੇ ਹੋਰ ਨੇ ਨੁਕਸਾਨ ਕਰਤਾ ਅਤੇ ਆਪਣਾ ਨਾਮ ਲੱਗ ਜਾਣਾ ਅਤੇ ਉਹਦੇ ਤੋਂ ਬਚਣ ਲਈ ਫੋਟੋਆਂ ਖਿੱਚਣੀਆਂ ਜ਼ਰੂਰੀ ਆ ਟ੍ਰੇਲਰ ਤਾਂ ਮੈਂ ਕਰਤਾ ਹੈ ਨਾ ਡਰੌਪ ਅਤੇ ਡਰੌਪ ਕਰਦਿਆਂ ਕਰਦਿਆਂ ਹੀ ਆਪਾਂ ਨੂੰ ਆ ਗਈ ਆ ਡਿਸਪੈਚ ਡਿਸਪੈਚ ਇਹ ਆ ਕਿ ਆਪਾਂ ਫਰੈਡਰਿਕਟਨ ਜਾਣਾ ਵਾਪਸੀ 'ਤੇ ਅਤੇ ਇੱਧਰੋਂ ਇੱਕ ਡੇਢ ਘੰਟਾ ਰਾਹ ਹੋਊਗਾ ਜਿਸ ਤੱਕ ਮੈਨੂੰ ਲੱਗਦਾ ਅਤੇ ਉਹ ਵਾਪਸੀ 'ਤੇ ਜਾਂਦੇ ਜਾਂਦੇ ਆਪਾਂ ਟ੍ਰੇਲਰ ਉੱਥੋਂ ਹੁੱਕ ਕਰਦਾ ਹੁਣ ਲੋਡਡ ਹੋਊਗਾ ਕਿ ਨਹੀਂ ਹੋਊਗਾ ਇਹ ਨਹੀਂ ਮੈਨੂੰ ਪਤਾ ਇਹ ਹੁਣ ਟਾਈਮ ਹੀ ਦੱਸੂਗਾ ਲੋਡਡ ਹੀ ਹੋਊਗਾ ਜਿੱਥੋਂ ਤੱਕ ਮੈਨੂੰ ਲੱਗਦਾ ਅਤੇ ਬਾਕੀ ਇਹਦੀਆਂ ਫੋਟੋਆਂ ਖਿੱਚ ਕੇ ਮੈਂ ਕੰਪਨੀ ਨੂੰ ਭੇਜ ਦਿੱਤੀਆਂ ਸੀਗੀਆਂ ਅਤੇ ਸਹੀ ਸਲਾਮਤ ਆ ਇਹ ਅਤੇ ਮੈਨੂੰ ਅਜੇ ਵੀ ਆ ਵੇਖ ਕੇ ਆਉਂਦਾ ਕਿ ਜਿੱਦਾਂ ਨਾ ਵਿੰਡੋ ਏ ਸੀ ਨਹੀਂ ਹੁੰਦੇ ਆਪਣੇ ਜਿੱਦਾਂ ਮੈਂ ਇਹਦੇ ਨਾਲ ਦੇ ਅਪਰੇਟ ਕੀਤੇ ਹੋਏ ਹੈ ਨਾ ਪਹਿਲਾਂ ਅਤੇ ਉਹ ਦੇਖ ਕੇ ਆਉਂਦਾ ਕਿ ਜਿੱਦਾਂ ਵਿੰਡੋ ਏ ਸੀ ਹੁੰਦੇ ਹੈ ਨਾ ਮੈਂ ਕੰਪਨੀ ਤੋਂ ਕਨਫਰਮ ਕੀਤਾ ਕਿ ਹਾਂ ਵੀ ਉਹ ਲੋਡਡ ਆ ਕਿ ਨਹੀਂ ਲੋਡਡ ਹੈ ਨਾ ਅਤੇ ਉਹ ਲੋਡਡ ਆ
ਆਪਣੀ ਸਭ ਤੋਂ ਵੱਡੀ ਹਨਾ ਖੁਸ਼ਖਬਰੀ ਹੈਗੀ ਟ੍ਰੇਲਰ ਜਿਹੜਾ ਲੋਡਡ ਆ ਤੇ ਉਸ ਤੋਂ ਵੱਡੀ ਖੁਸ਼ਖਬਰੀ ਇਹ ਆ ਕਿ ਜਾਂਦੇ ਜਾਂਦੇ ਉਹ ਟਰੱਕ ਸਟਾਪ ਦੇ ਉੱਤੇ ਆ ਮਤਲਬ ਕਿ ਰੋਡ ਦੇ ਉੱਤੇ ਹੀ ਐਗਜ਼ਿਟ ਕੱਢ ਕੇ ਨਾਲ ਹੀ ਟਰੱਕ ਸਟਾਪ ਬਿਗ ਸਟਾਪ ਆ ਤੇ ਉੱਥੇ ਮੈਂ ਰੁਕਿਆ ਕਈ ਵਾਰ ਹਨਾ ਡੇਢ ਕੁ ਘੰਟੇ ਦਾ ਰਾਹ ਵਾ ਇੱਥੋਂ ਪੂਰਾ ਤੇ ਟਰੱਕ ਸਟਾਪ ਦੇ ਉੱਥੇ ਕਿਸੇ ਨੇ ਹਨਾ ਡਰੋਪ ਕੀਤਾ ਕਿਸੇ ਡਰਾਈਵਰ ਨੇ ਜਾਂ ਪਾਰਕਿੰਗਾਂ ਲਈਆਂ ਹੁੰਦੀਆਂ ਹਨਾ ਦੱਸ ਕੇ ਪੰਪ ਵਾਲਿਆਂ ਨੂੰ ਡਰੋਪ ਕਰਕੇ ਚੱਲ ਜਾਂਦੇ ਆ ਤੇ ਉੱਥੋਂ ਹੁੱਕ ਕਰਨਾ ਤੇ ਫਿਰ ਉਸ ਤੋਂ ਅੱਧੇ ਘੰਟੇ ਦੇ ਅੱਗੇ ਇੱਕ ਪੰਪ ਹੋਰ ਹੋਣਾ ਤੇ ਉੱਥੋਂ ਮੈਂ ਫਿਊਲਿੰਗ ਕਰਾਊਂਗਾ ਤੇ ਫਿਊਲਿੰਗ ਕਰਾ ਕੇ ਫਿਰ ਉੱਥੇ ਸ਼ਾਵਰ ਵੀ ਅਵੇਲੇਬਲ ਹੁੰਦੇ ਆ ਸ਼ਾਵਰ ਯੂਜ਼ ਕਰਕੇ ਫਿਰ ਉੱਥੋਂ ਫਿਰ ਮੈਂ ਵਾਪਸੀ ਨੂੰ ਟੋਰੋਂਟੋ ਨੂੰ ਨਿਕਲੂੰਗਾ ਮਤਲਬ ਕਿ ਆਉਣ ਦਾ ਵੇ ਹੀ ਆ ਮੈਂ ਵਾਪਸੀ ਜਾਣਾ ਵਾ ਡੇਢ ਘੰਟਾ ਨੂੰ ਪਿੱਛੇ ਹੀ ਜਾਣਾ ਆਪਣੇ ਮਤਲਬ ਕਿ ਟੋਰੋਂਟੋ ਵਾਲੀ ਸਾਈਡ ਹੀ ਜਾਣਾ ਤੇ ਮਤਲਬ ਕਿ ਓਵਰਆਲ ਬੜੀ ਵਧੀਆ ਗੱਲ ਆ ਕਿ ਹਾਂ ਵੀ ਟ੍ਰੇਲਰ ਡਰੋਪ ਕੀਤਾ ਡਿਸਪੈਚ ਆ ਗਈ ਕਿ ਤੁਸੀਂ ਉੱਥੋਂ ਪਿੱਕ ਕਰਨਾ ਰਸਤੇ 'ਚ ਜਾਂਦੇ ਜਾਂਦੇ ਤੇ ਚਲੋ ਹੁਣ ਚੱਲਦੇ ਹਾਂ ਆਪਾਂ ਤੇ ਜਾ ਕੇ ਆਪਾਂ ਟ੍ਰੇਲਰ ਨੂੰ ਬੁੱਕ ਕਰਦੇ ਹਾਂ ਹੁਣ ਮੀਂਹ ਇੰਨਾ ਤੇਜ਼ ਹੋ ਗਿਆ ਕਿ ਮੀਂਹ ਦੇ ਵਿੱਚ ਮੈਨੂੰ ਟ੍ਰੇਲਰ ਹੁੱਕ ਕਰਨਾ ਪੈਣਾ ਆਹ ਵਾ ਟ੍ਰੇਲਰ 5526 ਕਾਰਗੋ ਵਾਲਿਆਂ ਦਾ ਤੇ ਇਹ ਟ੍ਰੇਲਰ ਲੈ ਕੇ ਜਾਣਾ ਤੇ ਹੁਣ ਮੀਂਹ ਤਾਂ ਬਹੁਤ ਜ਼ਿਆਦਾ ਆ ਰਿਹਾ ਮੇਰੇ ਕੋਲ ਹੁੱਡੀ ਪਈ ਹੈ ਇੱਕ ਹੁੱਡੀ ਪਾਊਂਗਾ ਮੈਂ ਤੇ ਉਹ ਪੇਪਰ ਵਰਕ ਗਿੱਲਾ ਹੋ ਰਿਹਾ ਉਹ ਤੁਸੀਂ ਦੇਖ ਰਹੇ ਨਾ ਚਿੱਟਾ ਚਿੱਟਾ ਜਿਹਾ ਉਹਦੇ ਉੱਤੇ ਪੇਪਰ ਵਰਕ ਵਸਾਇਆ ਹੋਇਆ ਕਿਸੇ ਨੇ ਹਨਾ ਡਰਾਈਵਰ ਨੇ ਕਿ ਹਾਂ ਉਹਦੇ ਵਿੱਚ ਪੇਪਰ ਵਰਕ ਰੱਖ ਕੇ ਗਿਆ ਬਟ ਮੀਂਹ ਪੈਣ ਦੇ ਨਾਲ ਸਾਰਾ ਗਿੱਲਾ ਹੋ ਗਿਆ ਪੇਪਰ ਵਰਕ ਉਦੋਂ ਹੀ ਚੈੱਕ ਕਰੋ ਹਨਾ ਉਹ ਪੇਪਰ ਰੱਖੇ ਹੋਏ ਆ ਉੱਥੇ ਤੇ ਉਹ ਸਾਰੇ ਗਿੱਲੇ ਮੈਂ ਆਪਣੇ ਟਰੱਕ ਦੇ ਵਿੱਚ ਹੁੱਡੀ ਰੱਖਦਾ ਹੁੰਦਾ ਜ਼ਰੂਰ ਇੱਕ ਕਿਉਂਕਿ ਪਤਾ ਨਹੀਂ ਕਿਹੜੇ ਵੇਲੇ ਕਿੱਥੇ ਲੋੜ ਪੈ ਜੀ ਇਹ ਠੰਡ ਤੋਂ ਬਚਣ ਲਈ ਨਹੀਂ ਆ ਇਹ ਆ ਕਿ ਵਾਲ ਗਿੱਲੇ ਹੋਣ ਤੋਂ ਬਚਣ ਲਈ ਆ ਕਿਉਂਕਿ ਆਪਣੇ ਕੋਲ ਡਰਾਈਵਰ ਹੈ ਨਹੀਂ ਹਨਾ ਟਰੱਕ ਦੇ ਵਿੱਚ ਤੇ ਵਾਲ ਜਿਹੜੇ ਗਿੱਲੇ ਹੋ ਜਾਂਦੇ ਹਨਾ ਉਹਨਾਂ ਤੋਂ ਬਚਣ ਲਈ ਆ ਲਓ ਹੁਣ ਮੈਂ ਕਰਕੇ ਹੁੱਕ ਟ੍ਰੇਲਰ ਅਤੇ ਸਭ ਤੋਂ ਪਹਿਲਾਂ ਫੋਟੋਆਂ ਭੇਜੂੰਗਾ ਮੈਂ ਕੰਪਨੀ ਨੂੰ ਸਾਰੀ ਸਾਈਡ ਤੋਂ ਬੈਕ ਸਾਈਡ ਤੋਂ ਹਨਾ ਇੱਧਰ ਰਾਈਟ ਲੈਫਟ ਤੋਂ ਸਾਰੇ ਪਾਸੇ ਫੋਟੋਆਂ ਭੇਜੂੰਗਾ ਅਤੇ ਫਿਰ ਯਾਰ ਹੁਣ ਜਾਣਗੇ ਇੱਥੋਂ ਫਿਊਲਿੰਗ ਕਰਾਉਣਗੇ ਅੱਧੇ ਘੰਟੇ ਦਾ ਰਾਹ ਰਹਿ ਗਿਆ ਅਤੇ ਉੱਥੋਂ ਮੈਂ ਫਿਊਲਿੰਗ ਕਰਾਊਂਗਾ ਟੈਂਕ ਫੁੱਲ ਕਰਾ ਲੂੰਗਾ ਇੱਕ ਘਰ ਅਤੇ ਉੱਥੇ ਰੁਕ ਬਹਿ ਕੇ ਰੋਟੀ ਖਾਊਂਗਾ ਰੋਟੀ ਖਾ ਕੇ ਅਤੇ ਫਿਰ ਬੁੱਕ ਦੇ ਹਿਸਾਬ ਦੇ ਨਾਲ ਮੈਂ ਬੁੱਕ ਦੇਖੂੰਗਾ ਮੇਰੀ ਕਿੱਥੋਂ ਤੱਕ ਬੁੱਕ ਪਹੁੰਚਦੀ ਆ ਕੌਰਨਵਾਲ ਤੱਕ ਬੁੱਕ ਪਹੁੰਚਣੀ ਚਾਹੀਦੀ ਆ ਬਟ ਫਿਰ ਵੀ ਟਰਾਈ ਕਰੂੰਗਾ ਕਿ ਕੌਰਨਵਾਲ ਤੋਂ ਅੱਗੇ ਕੋਈ ਔਨ ਰੂਟ 'ਤੇ ਜਾਂ ਕਿਤੇ ਹੋਰ ਜਾ ਕੇ ਹਨਾ ਉੱਥੋਂ ਤੱਕ ਬੁੱਕ ਪਹੁੰਚੇ ਅਤੇ ਜਿਹੜਾ ਕੱਲ੍ਹ ਮੈਨੂੰ ਸਵੇਰੇ ਉੱਠ ਕੇ ਅਤੇ ਥੋੜ੍ਹਾ ਟਰੱਕ ਚਲਾਉਣਾ ਪਵੇ ਚਲੋ ਹੁਣ ਮੈਂ ਕਰ ਲਾਂ ਹੁੱਕ ਸਭ ਤੋਂ ਪਹਿਲਾਂ ਤਾਂ ਆ ਇਹਦਾ ਕੰਮ ਇਹਨੂੰ ਸੁਕਾਉਣਾ ਪੈਣਾ ਹੁਣ ਸ਼ਿਟ ਯਾਰ ਅੱਛਾ ਇਹ ਰੱਖਿਆ ਵਾ ਕਿ ਓਕੇ ਓਕੇ ਪੇਪਰ ਵਰਕ ਨਹੀਂ ਆ ਇਹ June 23 ਮਤਲਬ ਕਿ ਇਹ ਇੰਪੋਰਟਡ ਨਹੀਂ ਹੈਗਾ ਇਹ ਜਸਟ ਉਹਦੇ ਕਰਕੇ ਲਾਇਆ ਹੋਇਆ ਸੀਗਾ ਕਿ ਜੇ ਬਾਈ ਚਾਂਸ ਕਿਸੇ ਨੇ ਟੋ ਕਰਨ ਦੀ ਕੋਸ਼ਿਸ਼ ਕੀਤੀ ਹੈ ਨਾ ਇਹਨੂੰ ਕਿ ਹਾਂ ਵੀ ਟੋ ਕਰਨਾ ਹੋਇਆ ਤਾਂ ਉਹ ਪੇਪਰ ਕੱਢ ਕੇ ਦੇਖ ਲੈਣਗੇ ਕਿ ਹਾਂ ਵੀ ਇਸ ਨੰਬਰ 'ਤੇ ਕਾਲ ਕਰ ਲਈਏ ਸਭ ਤੋਂ ਪਹਿਲਾਂ ਇਸ ਨੰਬਰ 'ਤੇ ਕਾਲ ਕਰਨਗੇ ਹੈ ਨਾ ਫਿਰ ਕੰਪਨੀ ਵਾਲੇ ਕਹਿਣਗੇ ਕਿ ਹਾਂ ਵੀ ETA ਦੱਸ ਦੇਣਗੇ ਕਿ ਸਾਡਾ ਡਰਾਈਵਰ 9 ਵਜੇ ਤੱਕ ਆ ਜਾਣਾ ਇੱਥੇ ਅਤੇ ਕੋਈ ਨਾ ਸੀਨ ਲੈ ਜਾਂਗੇ ਟ੍ਰੇਲਰ ਤੁਸੀਂ ਟੋ ਨਾ ਕਰੋ ਆਹ ਟ੍ਰੇਲਰ ਵੀ ਟ੍ਰਾਈਐਕਸਲ ਹੀ ਆ ਅਤੇ ਇਹਦੇ ਵਿੱਚ ਪਤਾ ਨਹੀਂ ਕਿੰਨਾ ਲੋਡ ਲੱਦਿਆ ਹੋਊਗਾ ਪੇਪਰ ਵਰਕ ਦੇ ਵਿੱਚ ਵੇਖੂੰਗਾ ਮੈਂ ਪੇਪਰ ਵਰਕ ਜਿਹੜਾ ਆਲਵੇਜ਼ ਇਹਦੇ ਵਿੱਚ ਰੱਖ ਕੇ ਜਾਂਦੇ ਜ਼ਿਆਦਾਤਰ ਮੋਸਟਲੀ ਕਈਆਂ ਨੇ ਟ੍ਰੇਲਰ ਦੀ ਅਗਲੀ ਸਾਈਡ ਦੇ ਉੱਤੇ ਗੋਲ ਜਿਹਾ ਪੈਪ ਲਾਇਆ ਹੁੰਦਾ ਉਹਦੇ ਵਿੱਚ ਪਿਆ ਹੁੰਦਾ ਬਟ ਮੋਸਟਲੀ ਇਹਦੇ ਵਿੱਚ ਰੱਖ ਕੇ ਜਾਂਦੇ ਆਹ ਵੇਖੋ ਹੋਰ ਵੀ ਕਿਸੇ ਨੇ ਇੱਥੇ ਲੱਗੇ ਟ੍ਰੇਲਰ ਜਿਹੜੇ ਆਪਣੇ ਡਰੋਪ ਕੀਤੇ ਆ ਫਲੈਟ ਬੈੱਡ ਹੈ ਨਾ ਨੋ ਮੈਂ ਤੁਹਾਨੂੰ ਇੱਕ ਚੀਜ਼ ਦੱਸਦਾ ਹੈ ਨਾ ਟ੍ਰਾਈਐਕਸਲ ਕਿਉਂ ਯੂਜ਼ ਕਰਦੀਆਂ ਕੰਪਨੀਆਂ ਦੇਖੋ ਆਪਾਂ ਜਿਹੜਾ ਆਪਣਾ ਟੈਂਡਮ ਹੁੰਦਾ ਵਾ ਉਹਦੇ ਉੱਤੇ ਆਪਾਂ ਸਿਰਫ ਚੱਕ ਸਕਦੇ ਹਾਂ 80,000 ਪਾਊਂਡ 80,000 ਪਾਊਂਡ ਤੋਂ ਵੱਧ ਆਪਣੀ ਗਰੋਸ ਨਹੀਂ ਹੋਣੀ ਚਾਹੀਦੀ ਟੈਂਡਮ ਦੇ ਉੱਤੇ ਬਟ ਇਹਦੀ ਗਰੋਸ ਦੇਖੋ 95,000
95,000 pound ਭਾਰਵਾ ਟਰੱਕ ਟ੍ਰੇਲਰ ਦਾ ਮਿਲਾ ਕੇ, ਮਤਲਬ ਕਿ ਸਾਰੇ ਟਰੱਕਾਂ ਦਾ ਸੇਮ ਹੀ ਹੁੰਦਾ ਆਲਮੋਸਟ ਯਾਰ। ਵੇਖੋ ਐਮਟੀ ਦਾ ਵਾ ਜਿਹੜਾ ਆਪਣਾ ਐਮਟੀ ਹੁੰਦਾ ਖਾਲੀ ਹੁੰਦਾ ਜਿਹੜਾ ਹਨਾ, ਖਾਲੀ ਦਾ 40,000 ਭਾਰ ਸੀਗਾ, ਖਾਲੀ ਦਾ ਤਾਂ 40,000 ਹੀ ਕਿਉਂਕਿ ਟਰਾਈ ਐਕਸਲ ਦਾ ਮਤਲਬ ਕਿ ਜਿਹੜਾ ਰੀਫਰ ਦਾ ਭਾਰ ਹੁੰਦਾ ਥੋੜਾ ਜ਼ਿਆਦਾ ਹੁੰਦਾ ਹਨਾ, ਤੇ ਟਰਾਈ ਉੱਤੋਂ ਟਰਾਈ ਐਕਸਲ ਟਾਇਰਾਂ ਦਾ ਤੁਸੀਂ ਆਪੇ ਭਾਰ ਲਾ ਲਓ ਕਿ ਹਾਂ ਵੀ ਟਾਇਰਾਂ ਦਾ ਕਿੰਨਾ ਭਾਰ ਹੁੰਦਾ, 4 ਟਾਇਰ ਐਕਸਟਰਾ ਜੁੜ ਗਏ ਨਾਲ ਦਾ ਹਨਾ, ਕਿੰਨੇ ਭਾਰੇ ਹੁੰਦੇ ਆ ਟਾਇਰ। ਤੇ ਓਦਾਂ 36,000 ਪਾਉਂਡ ਬਣਦਾ ਜਿਹੜੇ ਜਿਹੜਾ ਡਬਲ ਐਕਸਲ ਹੁੰਦਾ ਨਾ, ਟੈਂਡਮ ਹੁੰਦਾ ਜਿਹੜਾ ਹਨਾ, ਟੈਂਡਮ ਹੁੰਦਾ ਜਿਹੜਾ ਉਹਦਾ ਬਣਦਾ ਵਾ ਭਾਰ 36,000 ਪਾਉਂਡ ਦੇ ਆਸ ਪਾਸ, ਪਰ ਜਿਹੜੇ ਟਰਾਈ ਐਕਸਲ ਦਾ ਹਨਾ ਥੋੜਾ ਭਾਰਾ ਹੁੰਦਾ ਉਹਦੇ ਨਾਲੋਂ, ਤੇ 40,000 ਲਾ ਲਓ ਖਾਲੀ ਦਾ ਹਨਾ, 40,000 ਖਾਲੀ ਤੇ ਉੱਤੋਂ 95,000 ਬਣ ਗਿਆ ਇਹਨਾਂ ਨੇ, ਕਿੰਨਾ ਲੋਡ ਲੱਦਿਆ 55,000 ਪਾਉਂਡ ਲੋਡ ਲੱਦਿਆ ਇਹਨਾਂ ਨੇ। ਤੇ ਇਹ ਲੋਡ ਹੈਗਾ ਮਿੱਟੀ ਦਾ, ਜਿਹੜਾ ਮੈਂ ਪਿਛਲੇ ਵਲੋਗਾਂ ਦੇ ਵਿੱਚ ਦਿਖਾਉਂਦਾ ਰਹਿੰਦਾ ਹਾਂ ਕਿ ਮੈਂ ਮਿੱਟੀ ਦਾ ਲੋਡ ਚੱਕਣਾ, ਪੀਟ ਮੌਸ ਜਿਹੜੀ ਹੁੰਦੀ ਜਿਹੜੀ ਗਮਲਿਆਂ ਦੇ ਵਿੱਚ ਪੈਂਦੀ ਆ, ਤੇ ਉਹ ਲੋਡ ਆ ਇਹਦੇ ਵਿੱਚ ਟ੍ਰੇਲਰ ਦੇ ਵਿੱਚ, ਤੇ ਟੋਟਲ 95,000 ਭਾਰ ਮੈਂ ਆਲਮੋਸਟ ਹਾਂ ਲਾ ਲਓ ਐਸਟੀਮੇਟ ਲਾ ਲਓ ਕਿ ਹਾਂ ਵੀ ਮੇਰੇ ਟਰੱਕ ਦਾ ਵੀ ਓਨਾ ਹੀ ਹੋਊਗਾ, 95,000 ਭਾਰ ਮੈਂ ਚੱਕ ਰਿਹਾ ਵਾ, ਮਤਲਬ ਕਿ 95,000 ਭਾਰ ਦੇ ਨਾਲ ਰੋਡ ਦੇ ਉੱਤੇ ਚੱਲ ਰਿਹਾ ਮੈਂ ਇਕੱਲਾ। ਸੋ ਇੰਨਾ ਭਾਰ ਲੱਦ ਸਕਦੇ ਹਾਂ, ਤੇ ਇਹ ਜਾਣਾ ਹੁਣ ਸਿੱਧਾ ਮੈਂ ਟੋਰੋਂਟੋ ਆਪਣੇ ਬ੍ਰੈਂਪਟਨ ਯਾਰਡ ਦੇ ਵਿੱਚ ਲਾਊਂਗਾ, ਉਸ ਤੋਂ ਪਹਿਲਾਂ ਜਾਂਦਾ ਜਾਂਦਾ ਮੈਂ ਫਿਊਲਿੰਗ ਕਰਾਉਣੀ ਆ ਰਸਤੇ ਦੇ ਵਿੱਚੋਂ, ਤੇ ਚਲੋ ਚੱਲਦੇ ਹਾਂ ਕਰਾਈਏ ਫਿਊਲਿੰਗ, ਤੇ ਫਿਰ ਆਪਾਂ ਆਪਣੇ ਰਸਤੇ ਦੇ ਮੱਠੀ ਮੱਠੀ ਚਾਲ ਆਪਾਂ ਚੱਲਦੇ ਰਹਿਣਾ। ਅੱਜ ਦਾ ਮੌਸਮ ਬਹੁਤ ਠੰਡਾ ਹੋਇਆ ਪਿਆ, ਇੱਧਰ ਫਿਊਲਿੰਗ ਹੋਈ ਜਾਂਦੀ ਆ ਅਤੇ ਬਾਰਿਸ਼ ਹੋਈ ਜਾਂਦੀ, ਕਿਣ ਮਿਣ ਕਣੀਆਂ ਕਣੀਆਂ ਪਈ ਜਾਂਦੀਆਂ ਛੋਟੀਆਂ ਛੋਟੀਆਂ। ਅਤੇ ਚੱਲ ਇਸੇ ਬਹਾਨੇ ਆਪਣਾ ਟਰੱਕ ਜਿਹੜਾ ਵਾਸ਼ ਹੋਜੂਗਾ, ਕਾਫੀ ਟਾਈਮ ਮੀਂਹ ਪੈਣਾ, ਅਜੇ ਵੈਦਰ ਰਿਪੋਰਟ ਚੈੱਕ ਕੀਤੀ ਸੀ ਮੈਂ, ਇਹ ਕਰਾ ਕੇ ਫਿਊਲਿੰਗ ਅਤੇ ਆਪਾਂ ਫਿਰ ਇੱਥੋਂ ਨਿਕਲਣਾ ਅਤੇ ਨੋਨ ਸਟੋਪ ਹੀ ਜਾਵਾਂਗੇ, ਕਿਤੇ ਰਾਹ ਦੇ ਵਿੱਚ ਜੇ ਟਿਮ ਹੋਟਲ ਆਇਆ ਟਿਮ ਹੋਟਲ ਤੋਂ ਚਾਹ ਚੱਕ ਲਾਂਗੇ, ਨਹੀਂ ਤਾਂ ਨੋਨ ਸਟੋਪ ਹੀ ਜਾਵਾਂਗੇ ਜਿੱਥੇ ਸਲੀਪ ਪਾਉਣੀ ਰਾਤ ਨੂੰ, ਸਿੱਧਾ ਉੱਥੇ ਪਹੁੰਚਾਂਗੇ। ਲਓ ਵੀ ਫੀਲਿੰਗ ਡਨ, ਅਤੇ ਉਹ ਉੱਥੇ ਆਪਾਂ ਲਾ ਜਾਣਾ ਆਪਣਾ ਟਰੱਕ ਪਾਰਕਿੰਗ ਦੇ ਵਿੱਚ। ਅਤੇ ਇਸ ਸਿਫਟ ਤੋਂ ਆਪਾਂ ਨੂੰ ਮਿਲੂਗਾ ਸ਼ਾਵਰ ਜੋ ਕਿ ਫ੍ਰੀ ਹੋਊਗਾ, ਬਟ ਅਮੈਰੀਕਾ ਦੇ ਵਿੱਚ ਆਪਾਂ ਐਪ ਭਰਿਆ ਹੋਇਆ, ਆਪਾਂ ਆਟੋਮੈਟਿਕਲੀ ਆਪਣੇ ਆਪ ਹੀ ਬੁੱਕ ਕਰ ਲੈਂਦੇ ਹਾਂ ਐਪ 'ਚੋਂ, ਜੇ ਅਵੇਲੇਬਲ ਹੋਇਆ ਰਾਈਟ ਵੇ ਮਿਲ ਜਾਂਦਾ, ਅਦਰਵਾਈਜ਼ ਆਪਾਂ ਨੂੰ ਆ ਜਾਂਦਾ ਵਾ ਕਿ ਤੁਸੀਂ ਇੰਨੇ ਨੰਬਰ 'ਤੇ ਲਾਈਨ ਦੇ ਵਿੱਚ ਆ, ਅਤੇ ਤੁਹਾਡਾ ਜਦੋਂ ਬੁੱਕ ਹੋ ਗਿਆ ਸ਼ਾਵਰ ਤੁਹਾਨੂੰ ਮੈਸੇਜ ਆ ਜਾਊਗਾ। ਡਿਲੀਵਰੀ ਕੀਤੀ ਸੀ ਅਤੇ ਜਿੱਥੋਂ ਪਿੱਕ ਕੀਤਾ ਟ੍ਰੇਲਰ ਜਾਂ ਜਿੱਥੇ ਡਰੋਪ ਕੀਤਾ ਟ੍ਰੇਲਰ ਸਵੇਰੇ, ਉੱਥੇ ਕਿਤੇ ਵੀ ਟਿਮ ਹੋਟਲਸ ਨਹੀਂ ਸੀਗਾ। ਟਿਮ ਹੋਟਲ ਹੈਗਾ ਜ਼ਰੂਰ ਸੀ ਜਿੱਥੇ ਮੈਂ ਟ੍ਰੇਲਰ ਡਰੋਪ ਕਰਕੇ ਜਿੱਥੋਂ ਮੈਂ ਤੁਰਿਆ ਸੀ, ਬਟ ਉਹਦੇ ਲਾਗੇ ਟਰੱਕ ਸਟੋਪ ਸੀ ਉੱਥੇ ਸੀਗਾ, ਬਟ ਉਹ ਬੈਕ ਸਾਈਡ ਤੋਂ ਜਾਣਾ ਪੈਣਾ। ਅਤੇ ਫਿਰ ਮੈਂ ਸੋਚਿਆ ਚੱਲ ਰਸਤੇ ਦੇ ਵਿੱਚ ਚਾਹ ਪੀਂਦੇ ਹਾਂ ਕਾਫੀ ਪੀਂਦੇ ਹਾਂ ਨਾ, ਅਤੇ ਹੁਣ ਮੈਨੂੰ ਕਾਫੀ ਟਾਈਮ ਹੋ ਗਿਆ ਚਲਾਉਂਦੇ ਨੂੰ, ਹੁਣ ਮੇਰੀ ਅੱਖਾਂ ਪੂਰੀਆਂ ਹੈਵੀ ਹੋਈਆਂ ਪਈਆਂ ਵਾ ਕਿ ਕੌਫੀ ਦੀ ਪੂਰੀ ਤੋੜ ਲੱਗਦੀ ਪਈ ਹੈ ਇਸ ਟਾਈਮ, ਕਿ ਹਾਂ ਵੀ ਕੌਫੀ ਪੀਣੀ ਆ, ਕੌਫੀ ਚਾਹੀਦੀ ਆ ਬੋਡੀ ਨੂੰ। ਅਤੇ ਹੁਣ ਬਸ 15-20 ਮਿੰਟ ਤੱਕ ਇੱਕ ਟਰੱਕ ਸਟੋਪ ਹੋਣਾ ਐਡਮਾਸਟਨ ਜਗ੍ਹਾ ਦਾ ਨਾਮ ਆ ਨਿਊ ਬ੍ਰੰਸਵਿਕ ਦੇ ਵਿੱਚ, ਅਤੇ ਉੱਥੋਂ ਕੌਫੀ ਫੜੂੰਗਾ। ਅਤੇ ਕਾਫੀ ਵੱਡਾ ਸਟੋਪ ਆ, ਉੱਥੇ ਮੈਂ ਰੁਕਿਆ ਵੀ ਆਇਆ ਥੋੜ੍ਹਾ ਕੁ ਟਾਈਮ ਪਹਿਲਾਂ ਹੀ ਰੁਕਿਆ ਹੋਇਆ ਮੈਂ ਉੱਥੇ, ਹਾਂ ਅਤੇ ਉਹਦੇ ਵਲੋਗਾਂ ਦੇ ਵਿੱਚ ਮੈਂ ਦਿਖਾਇਆ ਹੀ ਹੋਇਆ ਪੁਰਾਣਿਆਂ 'ਚ। ਅਤੇ ਹੁਣ ਉੱਥੇ ਰੁਕ ਕੇ ਅਤੇ ਕੌਫੀ ਪੀਊਂਗਾ, ਅਤੇ ਨਾਲੇ ਤੁਸੀਂ ਦੇਖੋ ਮੌਸਮ ਕਿੱਡਾ ਘੈਂਟ ਹੋਇਆ ਪਿਆ, ਕਿ ਮਤਲਬ ਕਿ ਕਿਣਮਿਣ ਜੀ, ਪਹਿਲਾਂ ਮੀਂਹ ਜ਼ਿਆਦਾ ਆ ਰਿਹਾ ਸੀਗਾ, ਜ਼ਿਆਦਾ ਬਾਰਿਸ਼ ਆ ਰਹੀ, ਬਟ ਹੁਣ ਕਿਣਮਿਣ ਜੀ ਹੁੰਦੀ ਪਈ ਆ, ਵਧੀਆ ਲੱਗ ਰਿਹਾ। ਅਤੇ ਨਾਲ ਕੁਝ ਇੱਕ ਗਰਮ ਗਰਮ ਕੌਫੀ ਅਤੇ
ਹੋਰ ਸਿਰਾਂ ਲੱਗ ਜੇ। अपना नींद अडाउन का प्रबंध हो गया हूँ यार ने कि रुकना होना बस जो रात में जिते स्लीप पानी है उत्थे जाके रुकेंगे आप। तो उम्मीद यही है कि रात के 9 बजे तक आप पहुँच जाना वा टिकाने ते फ्लाइंग जे का पंप वा उत्थे मॉन्ट्रियल तो थोड़ा टाइम पहला हुंदा वा ते उत्थे टिम होटल हैगा मॉर्निंग उठ के उत्थों आप ब्रेकफास्ट करके ते फिर टोरोंटो जावांगे उत्थों आप। मैं इस फ्लाइंग जे उत्ते हमेशा पार्किंग मिल ही जाती है तो इन्हों इतें पंप के उ टिम होटल्स भी है वा शावर भी सवेरे अवेलेबल मिल जाएंगे मैनू होप सो उम्मीद इदा ही आम टिम होटल का टाइमिंग मैं चैक करनी पैनी सवेरे क्योंकि मैं 5 बजे ना ड्राइव शुरू करूँगा तो जे 5 बजे ड्राइव शुरू की तो जे बंद होया टिम होटल फिर अपना सरना नहीं अपन कॉफी की तोड़ लगी रहनी फिर। चलो बाकी सवेरे गलबात करते हैं। हाँ जी भी गुड मॉर्निंग सारे नूं। आपां उठना सीगा 4:30-5 बजे तो आप उठे हाँ 6:30 बजे। मैं 8 घंटे की स्लीप करके उठना चाहता सी पर फिर मेरे दिमाग च आई मैं क्या जाना तो घर ही आ 2 घंटे बाद सौ लो नाले ट्रक वधिया चल जूगा उठ के तो ना आप इंस्पैक्शन करके तो चाह चक के लियानी आ सामने टिम होटल सा उस चाह चक के लियावे तो ट्रक स्टॉप आलमोस्ट सारा भरिया तो परले पास वाली 2 पार्किंग आई थिंक खाली आ हूँ हौली हौली ट्रक निकलते पे आई टाइम टाइम होंगे 5 तो लैके 6-7 बजे तक का टाइम होंगे सारे निकल जाते आप अपने कामों को। लो जी टिम होटल तो मिली नहीं फिर हम इतने आया मैं इतों आप लाते पीने केड़ी पीवांगे यार मैं पता नहीं लगन डा भाषा पता नहीं केड़ी केड़ी लिखी है ये फिफ्टी फिफ्टी का मतलब की है होगी चलो नौ लगता आ ले लिए चलती है मिठा है नहीं हुंदा है ना मिठा नहीं पाया हुंदा इन्होंने ते आ पाउणा पैंदा मिठा पा गए ते हुण मैं मिक्स करके ते हुण पी के देखूंगा की टेस्ट हुंदा ठीक है फिक्की जी का। चलो कोई ना सारना ही पैना अज टिम होटल दे विच कॉफी है नहीं ओ वेखो सारे जिहड़े लाइना च लगे ना उधर ड्राइव थ्रू दे विच कॉफी वाली आ पर कॉफी है नहीं उत्थे मैं अंदरों हुण ट्रक स्टॉप दे अंदरों बना के लियांदी ना जिद्दां दी वी बणी औखी सौखी है ना मतलब अखां खोलण वाली बण गई आ नाल बेसन पिया बेसन खा लेना ते अपना डंग सर जाणा। चलो भी बड़े सुपने सजाए सी कि टिम होटल दी कॉफी पी के तुरांगे नज़ारा आऊगा पर आ आप बनानी पई जिदा रंग लगे उदारी लै आए आप हम की कह सकते कि पहले टिम होटल घटिया बना है ना
ਕਈ ਯਾਰ ਹਨਾ ਮਿਕਸ ਨਹੀਂ ਕਰਦੇ ਸੀ ਮਿੱਠਾ ਜਾਂ ਸਾੜ ਕੇ ਦਿੰਦੇ ਸੀ, ਗਾਲਾਂ ਕੱਢ ਲਈਦੀਆਂ ਸੀ, ਹੁਣ ਆਪ ਇੱਦਾਂ ਦੀ ਬਣਾ ਕੇ ਲਿਆਦੀ ਹੈ ਇਹਦੇ। ਇਹਨੂੰ ਆਪਾਂ ਕੀ ਕਹਿ ਸਕਦੇ ਆ, ਇਹ ਘੈਂਟ ਬੜੀ ਹੈ ਤਾਂ ਕਹੀ ਜਾਈਏ ਹੁਣ। ਚਲੋ ਹੁਣ ਨਿਕਲਦੇ ਆਪਾਂ ਇੱਥੋਂ, ਹੁਣ ਸਿੱਧਾ ਟੋਰਾਂਟੋ ਜਾ ਕੇ ਬ੍ਰੇਕਾਂ ਲਾਉਣੀਆਂ ਆਪਾਂ, 6.5 ਘੰਟੇ ਦਾ ਰਾਹ ਵਾ। ਅਤੇ ਹੁਣ ਟੋਰਾਂਟੋ ਜਾ ਕੇ ਟਰੱਕ ਆਪਣਾ ਲਾ ਕੇ ਜਹਾੜ 'ਚ, ਅਤੇ ਫਿਰ ਆਪਾਂ ਜਾਣਾ ਘਰੇ। ਫਾਈਨਲੀ ਯਾਰਡ ਦੇ ਵਿੱਚ ਪਹੁੰਚ ਗਏ ਹਾਂ, ਅਤੇ ਮੈਨੂੰ ਰਸਤੇ ਦੇ ਵਿੱਚ ਛੋਟਾ ਜਿਹਾ ਕੰਮ ਪੈ ਗਿਆ ਸੀਗਾ, ਛੋਟਾ ਨਹੀਂ ਬਹੁਤ ਵੱਡਾ ਕੰਮ ਸੀਗਾ, ਮੈਨੂੰ ਟਰੱਕ ਚੇਂਜ ਕਰਨਾ ਪੈ ਗਿਆ। 1x22 ਸੀਗਾ ਆਪਣੀ ਕੰਪਨੀ ਦਾ, ਅਤੇ ਉਹਦੇ ਨਾਲ ਚੇਂਜ ਕਰਨਾ ਪੈ ਗਿਆ, ਉਹਦਾ ਟਰੱਕ ਹੋ ਗਿਆ ਸੀਗਾ ਖਰਾਬ, ਅਤੇ ਫਿਰ ਮੈਨੂੰ ਆਹ ਟਰੱਕ ਲਿਆਉਣਾ ਪਿਆ ਉੱਥੋਂ ਕੌਰਨਵਾਲ ਤੋਂ। 1.5 ਘੰਟੇ ਦਾ ਫਰਕ ਪੈ ਗਿਆ, ਨਹੀਂ ਤਾਂ 1.5 ਘੰਟਾ ਪਹਿਲਾਂ ਆ ਜਾਣਾ ਸੀ। ਹੁਣ ਆਹ ਸਮਾਨ ਸਾਰਾ ਚੱਕ ਕੇ ਮੈਂ ਆਪਣੀ ਗੱਡੀ 'ਚ ਰੱਖਣਾ, ਅਤੇ ਮੇਨ ਗੱਲ ਕਿ ਮੈਂ ਵਲੌਗ ਤਾਂ ਨਹੀਂ ਸ਼ੂਟ ਕਰਿਆ ਕਿਉਂਕਿ ਇਹਦੇ ਸਟੈਂਡ ਹੈ ਨਹੀਂ ਉੱਥੇ ਕਿ ਮੈਂ ਫੋਨ ਹੈਂਗ ਕਰ ਸਕਾਂ, ਅਤੇ ਹੱਥ ਦੇ ਵਿੱਚ ਫੋਨ ਫੜ ਕੇ ਮੈਂ ਵੀਡੀਓ ਬਣਾਉਣਾ ਸਹੀ ਨਹੀਂ ਸਮਝਦਾ ਹਾਂ, ਜ਼ਿਆਦਾ ਰਿਸਕੀ ਹੁੰਦਾ, ਕਦੇ ਕਦੇ ਵਿੱਚ ਉਹ 10 ਸਕਿੰਟ ਦੀ 5 ਸਕਿੰਟ ਦੀ ਠੀਕ ਆ ਬਣ ਜਾਂਦੀ, ਪਰ ਟਾਈਮ ਲੈਪਸ ਜਿਹੜੇ ਉਹ ਬਹੁਤ ਟਾਈਮ ਲੈ ਜਾਂਦੇ, ਤਾਂ ਕਰਕੇ ਮੈਂ ਬਣਾਇਆ ਨਹੀਂ। ਅਤੇ ਹੁਣ ਇਹਨੂੰ ਅਨਹੁੱਕ ਕਰਕੇ ਅਤੇ ਫਿਰ ਮੈਂ ਆਪਣਾ ਟਰੱਕ ਦੂਜੀ ਸਾਈਡ 'ਤੇ ਲੈ ਕੇ ਜਾਊਂ, ਫਿਰ ਆਪਣੀ ਗੱਡੀ ਦੇ ਵਿੱਚ ਸਮਾਨ ਰੱਖੂੰਗਾ ਅਤੇ ਫਿਰ ਘਰ ਨੂੰ ਜਾਵਾਂਗੇ ਆਪਣੇ। ਅਤੇ ਜਿਹੜਾ ਪੇਪਰ ਵਰਕ ਆ ਹਰ ਵਾਰ ਦੀ ਤਰ੍ਹਾਂ ਆਪਾਂ ਟ੍ਰੇਲਰ ਦੀ ਬੈਕ ਸਾਈਡ 'ਤੇ ਰੱਖਦੇ ਹੁੰਦੇ ਹਾਂ, ਅਤੇ ਇੱਥੇ ਆਪਾਂ ਪੇਪਰ ਵਰਕ ਰੱਖ ਜਾਣਾ। ਮੈਨੂੰ ਉਮੀਦ ਆ ਕਿ ਕੱਲ੍ਹ ਇਹੀ ਲੋਡ ਮੈਂ ਹੀ ਡਿਲੀਵਰ ਕਰੂੰਗਾ, ਅਤੇ ਹੁਣ ਮੇਰੀਆਂ ਫੋਟੋਆਂ ਖਿੱਚ ਕੇ ਕੰਪਨੀ ਨੂੰ ਭੇਜਦਾ। ਗੱਡੀ ਤਾਂ ਹੋ ਗਈ ਆ ਦੋਸਤੋ ਗੱਡੀ, ਸ਼ੀਸ਼ਾ ਦੇਖ ਰਹੇ ਆ ਨਾ ਗੱਡੀ ਦਾ, ਆ ਸਾਰਾ ਕਿੱਦਾਂ ਗੰਦਾ ਹੋਇਆ ਪਿਆ, ਇੱਧਰ ਵੀ ਮਿੱਟੀ ਭਰ ਜਾਂਦੀ, ਹੁਣ 4 ਦਿਨ ਜਾੜ 'ਚ ਲੱਗੀ ਰਹੀ ਅਤੇ ਸਾਰੀ ਮਿੱਟੀ ਜੰਮ ਗਈ ਹੈ ਨਾ, ਡੱਬੇ ਜੇ ਪੈ ਗਏ ਕਾਲੀ ਗੱਡੀ ਦੇ ਉੱਤੇ, ਅਤੇ ਉੱਦਾਂ ਵੀ ਬਥੇਰੇ ਲੱਗਦੇ ਆ। ਅਤੇ ਹੁਣ ਜਾਂਦੇ ਜਾਂਦੇ ਆਪਾਂ ਕਰਾਵਾਂ ਕਾਰ ਵਾਸ਼, ਆਪਣੀ ਆਟੋਮੈਟਿਕ ਕਾਰ ਵਾਸ਼ ਹੋਊਗੀ, ਅਤੇ ਤੁਹਾਨੂੰ ਦਿਖਾਊਂਗਾ ਉੱਥੇ ਮਾਹੌਲ ਜਿਹਾ ਬੜਾ ਵਧੀਆ, ਅੰਦਰ ਲਾਈਟਾਂ ਜਿਹੀਆਂ ਜਗਦੀਆਂ, ਪਾਣੀ ਡਿੱਗਦਾ ਜਦੋਂ, ਅਤੇ ਆਪਾਂ ਛੇਤੀ ਹੁਣ ਆਪਣਾ ਸਮਾਨ ਰੱਖ ਲਈਏ ਟਰੱਕ 'ਚੋਂ ਆਪਣੀ ਗੱਡੀ ਦੇ ਵਿੱਚ, ਅਤੇ ਫਿਰ ਆਪਾਂ ਨਿਕਲਦੇ ਹਾਂ। ਬਾਕੀ ਇਸ ਟਰੱਕ ਦੇ ਵਿੱਚ ਨਾ ਅੰਦਰ ਵੀ ਕੈਮਰਾ ਲੱਗਾ ਸੀ ਅਤੇ ਬਾਹਰ ਵੀ ਕੈਮਰਾ ਲੱਗਾ ਸੀ, ਅਤੇ ਦੋਨਾਂ ਪਾਸੇ ਇਹਦੀ ਰਿਕਾਰਡਿੰਗ ਹੁੰਦੀ ਹੈ, ਜਿੱਦਾਂ ਸਾਹਮਣੇ ਡੈਸ਼ਬੋਰਡ ਨਹੀਂ ਆ, ਇਹਨੇ ਬਾਹਰ ਵੀ ਰਿਕਾਰਡਿੰਗ ਕਰੀ ਜਾਣੀ, ਅੰਦਰ ਵੀ ਰਿਕਾਰਡਿੰਗ ਕਰੀ ਜਾਣੀ। ਅਤੇ ਮੈਨੂੰ ਜਿੱਥੋਂ ਤੱਕ ਸੁਣਨ 'ਚ ਆਇਆ ਵਾ, ਮਤਲਬ ਕਿ ਹੋਰ ਕੰਪਨੀਆਂ ਦੇ ਵਿੱਚ ਲੱਗੇ ਹੋਏ ਆ ਕੈਮਰੇ, ਅਤੇ ਇਹ ਕੈਮਰੇ ਇੱਦਾਂ ਕਰਦੇ ਆ ਜਦੋਂ ਆਪਾਂ ਫੋਨ ਹੱਥ ਦੇ ਵਿੱਚ ਫੜਦੇ ਹਾਂ ਨਾ, ਅਤੇ ਸੈਂਸਰ ਹੁੰਦੇ ਇਹਦੇ ਵਿੱਚ, ਇਹ ਕੈਚ ਕਰ ਦਿੰਦੇ ਹੈ ਨਾ, ਫੋਕਸ ਵੱਜਦਾ ਹੈ ਨਾ ਫੋਨ ਦੇ ਉੱਤੇ, ਅਤੇ ਕੰਪਨੀ ਨੂੰ ਜਾਂ ਸੇਫਟੀ ਨੂੰ ਈਮੇਲ ਚੱਲ ਜਾਂਦੀ ਆ ਕਿ ਤੁਹਾਡੇ ਇਸ ਡਰਾਈਵਰ ਨੇ ਫੋਨ ਯੂਜ਼ ਕੀਤਾ, ਅਤੇ ਇੱਦਾਂ ਦਾ ਵਾ। ਇਸ ਕਰਕੇ ਮੈਂ ਉੱਥੇ ਸਟੈਂਡ ਨਹੀਂ ਸੀ ਲਾਇਆ, ਮੈਂ ਹੁਣ ਕੱਲ੍ਹ ਨਵਾਂ ਟਰੱਕ ਹੋਰ ਕੋਈ ਲੈ ਕੇ ਜਾਊਂਗਾ, ਉਹ ਆਈ ਥਿੰਕ 2019 ਮਾਡਲ ਆ, ਅਤੇ ਮੇਰੇ ਪਹਿਲੇ ਟਰੱਕ ਨਾਲੋਂ ਵੱਡਾ ਮਾਡਲ ਆ ਸ਼ਾਇਦ। ਹਾਂ, ਅਤੇ ਆਪਾਂ ਅਗਲੇ 2 ਵੀਕ, ਆਲਮੋਸਟ 2 ਵੀਕ ਹੀ ਹੋਏ ਨੇ, ਉਹ ਬ੍ਰਿਟਿਸ਼ ਕੋਲੰਬੀਆ ਗਿਆ ਟਰੱਕ ਮੇਰੇ ਵਾਲਾ, ਅਤੇ 2 ਵੀਕ ਲੱਗ ਜਾਣੇ ਆ, ਅਤੇ ਆਲਮੋਸਟ 2 ਵੀਕ ਆਪਾਂ ਉਹ ਟਰੱਕ ਚਲਾਵਾਂਗੇ ਅਤੇ ਉਹਦੇ ਉੱਤੇ ਵਲੌਗ ਬਣਾਵਾਂਗੇ। ਅਤੇ ਬਾਕੀ ਆ ਜਾਓ, ਆਪਾਂ ਜ਼ਿਆਦਾ ਟਾਈਮ ਨਹੀਂ ਵੇਸਟ ਕਰਦੇ, ਆਪਾਂ ਕਰਾਈਏ ਗੱਡੀ ਵਾਸ਼। ਚਲੋ ਵੀ, ਬਾਏ ਬਾਏ ਯਾਰ, ਟਾਟਾ, ਸੀ ਯੂ ਸੂਨ। ਸਵੇਰੇ ਆ ਕੇ ਤੈਨੂੰ ਵੇਖਣਾ ਪੈਣਾ ਯਾਰ, ਸਵੇਰੇ ਮੈਂ ਆਹ ਜਿਹੜਾ ਲੋਡ ਲੈ ਕੇ ਆਇਆ ਪੀਟ ਮੋਸ ਦਾ, ਇਹ ਡਿਲੀਵਰ ਕਰਕੇ ਆਊਂਗਾ ਸਿਟੀ ਦੇ ਵਿੱਚ। ਚੱਲ ਆਪਾਂ ਉਹਦਾ ਵਲੌਗ ਤਾਂ ਨਹੀਂ ਬਣਾਵਾਂਗੇ, ਬਟ ਫਿਰ ਵੀ
ਚਲੋ ਵੀ ਦੋਸਤੋ ਇਹ ਸੀਗਾ ਆਪਣਾ ਅੱਜ ਦਾ ਵਲੌਗ ਆਪਾਂ ਪਹੁੰਚ ਗਏ ਘਰੇ ਅਤੇ ਹੁਣ ਜਾ ਕੇ ਆਪਣਾ ਖਾਣਾ ਪੀਣਾ ਖਾਈਏ ਅਤੇ ਬਾਕੀ ਆਪਾਂ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਬਹੁਤ ਜਲਦੀ ਇਸ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਅਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਕਿੱਦਾਂ ਦੀ ਲੱਗੀ ਵੀਡੀਓ ਅਤੇ ਜਲਦੀ ਮਿਲਾਂਗੇ ਨਾਲ ਇਹ ਬਾਕੀ ਮੈਨੂੰ ਦੱਸ ਦਿਓ ਜਿਹੜਾ ਆਪਾਂ ਬੈਕਗਰਾਊਂਡ ਮਿਊਜ਼ਿਕ ਜਿਹੜਾ ਮੈਂ ਲਾਇਆ ਵਾ ਉਹ ਸਹੀ ਆ ਵਧੀਆ ਵਾ ਜ਼ਿਆਦਾ ਆਵਾਜ਼ ਤਾਂ ਨਹੀਂ ਆਉਂਦੀ ਕਿਉਂਕਿ ਇੱਕ ਵੀਡੀਓ ਦੇ ਵਿੱਚ ਪੇ ਵਾਲੀ ਵੀਡੀਓ ਦੇ ਵਿੱਚ ਤੁਹਾਨੂੰ ਲੱਗਦਾ ਸੀਗਾ ਜ਼ਿਆਦਾ ਆਵਾਜ਼ ਆਉਂਦੀ ਬਟ ਮੈਂ ਚੈੱਕ ਕੀਤੀ ਸੀਗੀ ਵੀਡੀਓ ਸਾਰੀ ਪਲੇ ਕਰਕੇ ਦੋ ਵਾਰ ਮੈਨੂੰ ਨਹੀਂ ਕੋਈ ਵੀ ਇੰਟਰਪਟ ਹੋਇਆ ਮੈਂ ਨਹੀਂ ਇੰਟਰਪਟ ਹੋਇਆ ਕਿ ਹਾਂ ਵੀ ਮੈਨੂੰ ਕੁਝ ਸੁਣਿਆ ਨਾ ਹੋਵੇ ਅਤੇ ਬਟ ਫਿਰ ਵੀ ਮੈਨੂੰ ਇਸ ਵੀਡੀਓ ਵਿੱਚ ਦੱਸਿਓ ਕਿ ਮਤਲਬ ਕਿ ਕੀ ਸੀਨ ਆ ਹੈ ਨਾ ਕਿ ਕਿੱਦਾਂ ਜ਼ਿਆਦਾਤਰ ਹੀ ਕੁਝ ਵਰਡ ਜਿਹੜੇ ਤੁਹਾਨੂੰ ਨਾ ਸੁਣਦੇ ਹੋਣ ਅਤੇ ਬਾਕੀ ਮੈਨੂੰ ਉਮੀਦ ਆ ਕਿ ਹਾਂ ਵੀ ਵਧੀਆ ਲੱਗਾ ਹੋਊਗਾ ਬੈਕਗਰਾਊਂਡ ਮਿਊਜ਼ਿਕ ਹਜੇ ਮੈਂ ਐਡਿਟ ਕਰਨੀ ਆ ਬਟ ਫਿਰ ਮੈਂ ਉਹ ਹਿਸਾਬ ਨਾਲ ਹੀ ਲਾਊਂਗਾ ਜਿਹੜਾ ਮੈਂ ਲਾਸਟ ਵੀਡੀਓ ਦੇ ਵਿੱਚ ਲਾਇਆ ਸੀ ਜਿੱਦਾਂ ਦਾ ਅਤੇ ਬਾਕੀ ਇੱਦਾਂ ਹੀ ਲਾਈਕ ਕਰਦੇ ਰਹੋ ਵੀਡੀਓ ਨੂੰ ਹੈ ਨਾ ਲਾਈਕ ਜ਼ਰੂਰ ਕਰਿਆ ਕਰੋ ਸ਼ੇਅਰ ਵੀ ਕਰਿਆ ਕਰੋ ਲਿੰਕ ਅੱਗੇ ਭੇਜਿਆ ਕਰੋ ਵੀਡੀਓ ਦਾ ਅਤੇ ਬਾਕੀ ਮਿਲਦੇ ਅਗਲੀ ਵੀਡੀਓ ਵਿੱਚ ਬਹੁਤ ਜਲਦੀ ਬਾਏ ਬਾਏ ਟਾਟਾ ਆਪਕੋ ਜੇ ਪ੍ਰੋਗਰਾਮ ਅੱਛਾ ਲੱਗਾ ਹੋ ਚੈਨਲ ਕੋ ਸਬਸਕ੍ਰਾਈਬ ਸ਼ੇਅਰ ਕਰੀਏ ਹਮਾਰਾ ਚੈਨਲ ਆਪ ਵੀ ਬੋਲ ਦੀਜੀਏ ਇੱਕ ਵਾਰ ਡਿਸਕੋ ਮੇ ਜਾਏ ਨਹੀਂ ਸਰ ਡਿਸਕ੍ਰਾਈਬ ਸਬਸਕ੍ਰਾਈਬ ਕਰ ਲੈ ਕਾ ਹੈ ਸਬਸਕ੍ਰਾਈਬ ਕਾ ਸਬਸਕ੍ਰਾਈਬ ਕਿਆ ਬਾਤ ਹੈ ਸ਼ੁਕਰੀਆ ਜੀ